ਪੂਰੀ ਵੈਰੀਫਿਕੇਸ਼ਨ ਕਰਕੇ ਜਾਵੇ ਤੇ ਐਵੇਂ ਫ੍ਰੀ ਦੇ ਚੱਕਰ 'ਚ ਨਾ ਜਾਵੇ ਕੋਈ ਵੀ। ਹਾਂਜੀ ਉੱਥੇ ਕੰਮ ਨਹੀਂ ਮਿਲੇਗਾ, ਉਹ ਬਾਹਰ ਲਾ ਕੇ ਰੱਖਦੇ ਸੀਗੇ, ਨਾ ਕੋਈ ਖਾਣਾ ਪੀਣਾ ਚਾਦਣਾ ਦਿੰਦੇ ਸੀਗੇ, ਤੇ ਧੱਕੇ ਨਾਲ ਉਹਨਾਂ ਨੇ ਪਹਿਲੇ ਦਿਨ ਹੀ ਸਾਈਨ ਕਰਵਾ ਲਏ ਸੀਗੇ। ਅਸੀਂ ਓਬਰਾਏ ਸਾਹਿਬ ਦੇ ਸਹਿਯੋਗ ਦੇ ਨਾਲ ਵਾਪਸ ਆਏ ਹਾਂ। ਅਸੀਂ ਉਹਨਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਸਾਨੂੰ ਟਿਕਟਾਂ ਲੈ ਕੇ ਇੱਥੋਂ ਤੱਕ ਪਹੁੰਚਾਇਆ। ਉਹਨਾਂ ਨੂੰ ਫਸਾ ਤਾ ਵਿਜੇ ਜੀ, ਸਾਨੂੰ 2-2.5 ਮਹੀਨੇ ਆਪਾਂ ਨੂੰ ਹੋ ਗਏ ਉੱਥੇ ਬੈਠਿਆਂ ਨੂੰ, ਰੋਟੀ ਪਾਣੀ ਦਾ ਖਰਚਾ ਵੀ ਆਪਾਂ ਘਰੋਂ ਮੰਗਾਉਂਦੇ ਰਹੇ ਜੀ। ਫਿਰ ਸਾਨੂੰ ਆਪਾਂ ਕੰਟੈਕਟ ਕੀਤਾ ਡਾਕਟਰ ਸਾਹਿਬ ਨਾਲ, ਐਸ ਪੀ ਸਿੰਘ ਡਾਕਟਰ ਬੁਲਾਏ, ਫਿਰ ਉਹਨਾਂ ਨੇ ਸਾਡੀ ਮਦਦ ਕੀਤੀ, ਸਾਨੂੰ ਉੱਥੇ ਘੱਲਿਆ ਜੀ। ਨਹੀਂ ਸਾਡਾ ਫੈਨ ਫੋਨ ਬਹੁਤ ਭੜ ਗਿਆ, ਫਿਰ ਉਹਨਾਂ ਨੇ ਸਾਰਾ ਕੁਝ ਹੱਲ ਕਰਕੇ ਉੱਥੇ ਭੇਜਿਆ ਜੀ। ਇਨਸਾਫ ਵੀ ਇਹ ਜਦੋਂ ਕੋਈ ਹੋਰ ਨਾ ਕੋਈ ਫਸੇ ਬੰਦਾ ਏਜੰਟਾਂ ਕੋਈ ਏਜੰਟ ਪੈਸੇ ਪੂਸੇ ਖਾ ਲੈਂਦੇ, ਬਸ ਭੱਜ ਭੁੱਜ ਜਾਂਦੇ। ਅਸੀਂ ਗਏ ਸੀ ਦੁਬਈ ਵਿਜਿਟ ਵਿਜੇ 'ਤੇ, ਇੱਦਾਂ ਕਰਕੇ ਏਜੰਟਾਂ ਨੂੰ ਉੱਥੇ ਫਸਾ ਤਾ ਉੱਥੇ। ਚਲੋ ਉੱਥੇ ਡਾਕਟਰ ਓਬਰਾਏ ਸਰ ਨੇ ਬਹੁਤ ਹੈਲਪ ਕੀਤੀ ਉਹਨਾਂ ਸਾਡੀ, ਉਹਨਾਂ ਚਲੋ ਫਾਈਨ ਬਹੁਤ ਜ਼ਿਆਦਾ 50-60 ਹਜ਼ਾਰ ਜਾਣੀ ਕਿ ਫਾਈਨ ਬਣ ਗਿਆ ਸੀ ਇੰਡੀਆ ਦਾ, ਅਤੇ ਉਹਨਾਂ ਨੇ ਸਾਰਾ ਖਰਚਾ ਕਰਕੇ ਸਾਨੂੰ ਯਾਨੀ ਕਿ ਇੰਡੀਆ ਭੇਜ ਦਿੱਤਾ। ਚਾਰ ਬੱਚੇ ਔਰ 2 ਬੱਚੀਆਂ ਦੁਬਈ ਦੇ ਵਿੱਚੋਂ ਜਿਹੜੇ ਟਰੈਵਲ ਏਜੰਟਾਂ ਦੇ ਝਾਂਸੇ 'ਚ ਆ ਕੇ ਰੁਜ਼ਗਾਰ ਦੀ ਭਾਲ 'ਚ ਜਾਂ ਉਹਨਾਂ ਵੱਲੋਂ ਦਿਖਾਏ ਸਬਜ਼ ਬਾਗਾਂ ਕਰਕੇ ਉੱਥੇ ਪਹੁੰਚੇ ਸੀ, ਉੱਥੇ ਖੱਜਲ ਖਰਾਬ ਹੋ ਰਹੇ ਸੀ, ਉੱਥੇ ਪਰੇਸ਼ਾਨ ਹੋ ਰਹੇ ਸੀ, ਉਹਨਾਂ ਚਾਰ ਬੱਚਿਆਂ ਨੂੰ ਅਤੇ 2 ਬੱਚੀਆਂ ਨੂੰ ਅੱਜ ਅੰਮ੍ਰਿਤਸਰ ਜਿਹੜਾ ਉਹ ਓਬਰਾਏ ਸਾਹਿਬ ਵੱਲੋਂ ਵਿਸ਼ੇਸ਼ ਯਤਨ ਕਰਕੇ ਭੇਜਿਆ ਗਿਆ। ਅੱਜ ਉਹਨਾਂ ਨੂੰ ਅਸੀਂ ਇੱਥੇ ਰਿਸੀਵ ਕਰਨਾ ਹੈ ਟਰੱਸਟ ਵੱਲੋਂ। ਇਹ ਜਿਹੜੇ ਬੱਚੇ ਆ ਜੀ ਚਾਰੇ, ਉਹ ਤਾਂ ਸ਼ੰਕਰਪੁਰਾ ਪਿੰਡ ਆ, ਬਟਾਲਾ ਤਹਿਸੀਲ 'ਚ ਜ਼ਿਲ੍ਹਾ ਗੁਰਦਾਸਪੁਰ 'ਚ ਇੱਕੋ ਪਿੰਡ ਦੇ ਆ। ਬੱਚੀਆਂ ਜਿਹੜੀਆਂ ਉਹ ਮਾਲਵਾ ਖੇਤਰ ਦੇ ਨਾਲ ਸੰਬੰਧਿਤ। ਦੇਖੋ ਬੱਚੇ ਤਾਂ ਵੱਖ ਵੱਖ ਤਰੀਕਿਆਂ ਨਾਲ ਪਰੇਸ਼ਾਨ ਸੀ, ਉਹ ਕਾਫੀ ਵਿੱਚੋਂ ਜਿਵੇਂ ਉੱਥੇ ਆਪਣੇ ਆਪ ਰੁਜ਼ਗਾਰ ਲੱਭਦੇ ਰਹੇ, ਉਹਨਾਂ ਨੂੰ ਰੁਜ਼ਗਾਰ ਮਿਲਿਆ ਨਹੀਂ, ਉਹਨਾਂ ਨੂੰ ਵੀ ਸੰਪਰਕ ਕੀਤਾ, ਅਤੇ ਬੱਚੀਆਂ ਤਾਂ ਉੱਥੇ ਪਾਰਕ ਵਿੱਚ ਰੋਂਦੀ ਅਵਸਥਾ ਵਿੱਚ ਜਦੋਂ ਕਿਸੇ ਨੇ ਸੰਪਰਕ ਕੀਤਾ ਉਹਨਾਂ ਨੂੰ ਵੇਖਿਆ, ਉਹਨੂੰ ਤਰਸ ਆਇਆ, ਅਤੇ ਫਿਰ ਉਹਨੇ ਓਬਰਾਏ ਸਾਹਿਬ ਨਾਲ ਸੰਪਰਕ ਕੀਤਾ। ਇੱਕ ਤਾਂ ਆਪਾਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜਦੋਂ ਵੀ ਕੋਈ ਕਿਸੇ ਨੇ ਬਾਹਰ ਜਾਣ ਦਾ ਸਬੱਬ ਬਣਾਉਣਾ, ਉਹਨੂੰ ਘੱਟੋ ਘੱਟ ਉਸ ਏਜੰਟ ਦੀ ਪ੍ਰਮਾਣਿਕਤਾ ਜਿਹੜੀ ਉਹ ਚੈੱਕ ਕਰ ਲੈਣੀ ਚਾਹੀਦੀ ਹੈ ਵੀ ਉਹ ਏਜੰਟ ਜਿਹੜਾ ਆਇਆ ਉਹ ਰਜਿਸਟਰਡ ਵੀ ਹੈ ਕਿ ਨਹੀਂ ਹੈ, ਉਹਦੇ ਝਾਂਸੇ ਵਿੱਚ ਨਹੀਂ ਆਉਣਾ ਚਾਹੀਦਾ। ਦੂਜੀ ਮੈਂ ਟਰੱਸਟ ਵੱਲੋਂ ਇੱਕ ਸਪਸ਼ਟ ਕਰਦਾ ਕਿ ਉਹਦੀ ਕੰਪਨੀ ਕੀ ਆ, ਉਹਦਾ ਰੁਜ਼ਗਾਰ ਦਾ ਉਹ ਕੰਪਨੀ ਦੇ ਸਕਦੀ ਕਿ ਨਹੀਂ, ਉਹ ਕੰਪਨੀ ਦਾ ਅਸੀਂ ਦੱਸ ਸਕਦੇ ਬੜੇ ਚੰਗੇ ਤਰੀਕੇ ਦੇ ਨਾਲ। ਉਹ ਸਾਡੇ ਟਰੱਸਟ ਦੇ ਨਾਲ ਵੈਬਸਾਈਟ ਟਰੱਸਟ ਦੀ ਹੈਗੀ ਆ, ਮੇਲ ਹੈ ਟਰੱਸਟ ਦੀ, ਸਾਨੂੰ ਮੇਲ ਕਰਕੇ ਪੁੱਛ ਲੈਣ, ਕਿਉਂਕਿ ਬਾਅਦ ਵਿੱਚ ਜਿੰਨੀ ਖੱਜਲ ਖਰਾਬੀ ਹੁੰਦੀ ਆ ਟਰੱਸਟ ਨੂੰ ਵੀ ਮਿਹਨਤ ਕਰਨੀ ਪਈ ਆ ਜਾਂ ਲੋਕਾਂ ਨੂੰ ਵੀ ਖੱਜਲ ਖਰਾਬੀ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਜੇ ਉਹ ਸਾਨੂੰ ਮੇਲ ਕਰਕੇ ਉਹ ਕੰਪਨੀ ਬਾਰੇ ਪੁੱਛ ਲੈਣ ਤਾਂ ਘੱਟੋ ਘੱਟ ਟਰੱਸਟ ਜਿਹੜਾ ਆਪਣੇ ਯਤਨਾਂ ਦੇ ਨਾਲ ਉਹ ਕੰਪਨੀ ਬਾਰੇ ਜ਼ਰੂਰ ਦੱਸ ਸਕਦਾ ਵੀ ਇਹ ਕੰਪਨੀ ਦਾ ਵਜੂਦ ਉੱਥੇ ਹੈ ਕਿ ਨਹੀਂ ਹੈ, ਇਹ ਕੰਪਨੀ ਰੁਜ਼ਗਾਰ ਦੇ ਸਕਦੀ ਹੈ ਕਿ ਨਹੀਂ ਦੇ ਸਕਦੀ।